पंजाबी रेडियो यूएसए पेश करता है आज दा दिन सिख इतिहास विच। सिख इतिहास दीआं घटनावां च 20 अक्तूबर दा दिन 1700 खेड़ा कलमोट दी लड़ाई च भाई जीवन सिंह दी मौत। राजा सलाही चंद की पत्नी राणी हीरा देवी ने जो कि बिलासपुर की राणी चंपा की सखी भैन सी गुरु घर की आखिरी साहां तक सेवादार रही। जदों हीरा देवी ते सलाही चंद को पता लगा कि मीर चंद ने दगा करके गुरु साहब ते हमला कर दिता है ते निरमोहगढ़ की घेराबंदी कर दिती है तो उन्होंने वजीर भेज के गुरु साहब नूं कहा कि वह निरमोहगढ़ छड़ के बसाली आ जाण। बसाली रियासत सरसा नदी के दूजे पार से। गुरु साहब 15 अक्तूबर नूं तड़के वेले निरमोहगढ़ तो सरसा नदी वल चल पाए ਤਾਂ ਕਿ ਦਰਿਆ ਪਾਰ ਕਰਕੇ ਵਸਾਲੀ ਜਾ ਸਕਣ। ਉੱਧਰ ਜਦੋਂ ਅਜਮੇਰ ਚੰਦ ਨੂੰ ਇਸ ਦਾ ਪਤਾ ਲੱਗਿਆ ਤਾਂ ਉਸਨੇ ਗੁਰੂ ਸਾਹਿਬ ਉੱਤੇ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਸਿੱਖ ਫੌਜਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਅਤੇ ਆਪ ਦਰਿਆ ਪਾਰ ਕਰ ਗਏ। ਇੱਧਰ ਭਾਈ ਉਦੇ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਤੀਰਾਂ ਅਤੇ ਗੋਲੀਆਂ ਦਾ ਐਸਾ ਮੀਂਹ ਵਰਾਇਆ ਕਿ ਇੱਕ ਵਾਰ ਤਾਂ ਦੁਸ਼ਮਣਾਂ ਦੀ ਤੌਬਾ ਹੋ ਗਈ। ਜਦੋਂ ਸਾਰੀ ਫੌਜ ਪਾਰ ਕਰ ਗਈ ਤਾਂ ਭਾਈ ਉਦੇ ਸਿੰਘ ਵੀ ਦਰਿਆ ਪਾਰ ਕਰ ਗਏ ਅਤੇ ਗੁਰੂ ਜੀ ਨੂੰ ਜਾ ਮਿਲੇ। ਇਸ ਲੜਾਈ 'ਚ ਭਾਈ ਕੇਸਰਾ ਸਿੰਘ, ਭਾਈ ਗੋਕਲ ਸਿੰਘ ਅਤੇ ਕੁਝ ਹੋਰ ਸਿੱਖ ਸ਼ਹੀਦੀਆਂ ਪਾ ਗਏ। ਸ਼ਾਮ ਵੇਲੇ ਗੁਰੂ ਸਾਹਿਬ ਵਸਾਲੀ ਪਹੁੰਚ ਗਏ। ਵਸਾਲੀ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਬੜੀ ਗਰਮਜੋਸ਼ੀ ਨਾਲ ਜੀ ਆਇਆਂ ਆਖਿਆ। ਗੁਰੂ ਸਾਹਿਬ ਰਾਜਾ ਸਲਾਹੀ ਚੰਦ ਦੇ ਮਹਿਲ 'ਚ ਰਹੇ ਅਤੇ ਸਿੰਘਾਂ ਵਾਸਤੇ ਪਹਾੜੀ ਦੇ ਹੇਠਾਂ ਤੰਬੂ ਲਾ ਦਿੱਤੇ। ਇੰਝ ਕੁਝ ਦਿਨ ਦੀਵਾਨ ਸਾਹਿਬ ਦੇ ਰਹੇ। ਵਸਾਲੀ ਰਹਿੰਦਿਆਂ ਗੁਰੂ ਜੀ 20 ਅਕਤੂਬਰ ਦੇ ਦਿਨ ਸ਼ਿਕਾਰ ਖੇਡਣ ਵਾਸਤੇ ਨੇੜੇ ਦੀਆਂ ਪਹਾੜੀਆਂ 'ਚ ਗਏ। ਇਸ ਦੌਰਾਨ ਇੱਕ ਬਘਿਆੜ ਦਾ ਪਿੱਛਾ ਕਰਦੇ ਆਪ ਖੇੜਾ ਅਤੇ ਕਲਮੋਟ ਪਿੰਡਾਂ ਦੀਆਂ ਪਹਾੜੀਆਂ 'ਚ ਜਾ ਪੁੱਜੇ। ਇੱਥੇ ਕਲਮੋਟ ਦੇ ਰੰਗੇਟਾ ਅਤੇ ਗੁਜਰਾਂ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਭਾਈ ਜੀਵਨ ਸਿੰਘ, ਪੁੱਤਰ ਭਾਈ ਪ੍ਰੇਮਾ, ਪੋਤਾ ਭਾਈ ਮੂਲਾ, ਇੰਝ ਰਿਸ਼ਤੇ ਵਿੱਚ ਉਹ ਭਾਈ ਮਨੀ ਸਿੰਘ ਦਾ ਚਾਚਾ ਲੱਗਦਾ ਸੀ, ਮਾਰਿਆ ਗਿਆ। ਇਸ ਮਗਰੋਂ ਸਿੱਖਾਂ ਨੇ ਕਲਮੋਟੀਆਂ ਨੂੰ ਖੂਬ ਸਬਕ ਸਿਖਾਇਆ ਅਤੇ ਅਖੀਰ ਰੰਗੜਾਂ ਅਤੇ ਗੁਜਰਾਂ ਨੇ ਗੁਰੂ ਜੀ ਤੋਂ ਮੁਆਫ਼ੀ ਮੰਗੀ। 1783 ਜੱਸਾ ਸਿੰਘ ਆਲੂਵਾਲੀਆ ਦੀ ਮੌਤ। ਦਲ ਖਾਲਸਾ ਦੇ ਮੁਖੀ ਅਤੇ ਖਾਲਸਾ ਫੌਜਾਂ ਦੇ ਜਥੇਦਾਰ ਜੱਸਾ ਸਿੰਘ ਆਲੂਵਾਲੀਆ 20 ਅਕਤੂਬਰ 1783 ਦੇ ਦਿਨ ਚੜ੍ਹਾਈ ਕਰ ਗਏ। 3 ਮਈ 1718 ਦੇ ਦਿਨ ਭਾਈ ਬਦਰ ਸਿੰਘ, ਪੁੱਤਰ ਭਾਈ ਗੋਪਾਲ ਸਿੰਘ ਦੇ ਘਰ ਪੈਦਾ ਹੋਏ ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਤੋਂ ਬਾਅਦ ਸਿੱਖ ਫੌਜਾਂ ਨੂੰ ਖਾਲਸਾ ਰਾਜ ਕਾਇਮ ਕਰਨ ਵਾਸਤੇ 1753 ਤੋਂ 1783 ਤੱਕ ਲਗਾਤਾਰ 30 ਸਾਲ ਸਿੱਖ ਪੰਥ ਨੂੰ ਕਮਾਲ ਦੀ ਅਗਵਾਈ ਦਿੱਤੀ। 1836 ਫਤਿਹ ਸਿੰਘ ਆਲੂਵਾਲੀਆ ਦੀ ਮੌਤ। ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਕਪੂਰਥਲਾ ਰਿਆਸਤ ਦੇ ਮੁਖੀ ਫਤਿਹ ਸਿੰਘ ਆਲੂਵਾਲੀਆ ਦੀ ਮੌਤ 20 ਅਕਤੂਬਰ 1836 ਦੇ ਦਿਨ ਕਪੂਰਥਲਾ ਵਿਖੇ ਹੋਈ ਸੀ। ਫਤਿਹ ਸਿੰਘ ਭਾਗ ਸਿੰਘ ਦਾ ਪੁੱਤਰ ਸੀ ਜੋ ਜੱਸਾ ਸਿੰਘ ਆਲੂਵਾਲੀਆ ਦਾ ਭਤੀਜਾ ਸੀ। ਫਤਿਹ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਪੱਗਵੱਟ ਭਰਾ ਵਜੋਂ ਜਾਣਿਆ ਜਾਂਦਾ ਸੀ। ਸੰਨ 1825 'ਚ ਫਤਿਹ ਸਿੰਘ ਅਤੇ ਰਣਜੀਤ ਸਿੰਘ ਵਿਚਕਾਰ ਸੰਬੰਧ ਖਰਾਬ ਹੋ ਗਏ, ਜਿਸ ਨਾਲ ਫਤਿਹ ਸਿੰਘ ਕਪੂਰਥਲਾ ਛੱਡ ਕੇ ਸਤਲੁਜ ਪਾਰ ਚਲਾ ਗਿਆ। ਇਸ 'ਤੇ ਰਣਜੀਤ ਸਿੰਘ ਨੇ ਉਸਦੀ ਰਿਆਸਤ 'ਤੇ ਕਬਜ਼ਾ ਕਰ ਲਿਆ, ਪਰ ਰਣਜੀਤ ਸਿੰਘ ਨੇ 1827 ਵਿੱਚ ਦੁਬਾਰਾ ਬੁਲਾ ਕੇ ਇਹ ਦੋਸਤੀ ਫਿਰ ਕਾਇਮ ਕਰ ਲਈ। ਫਤਿਹ ਸਿੰਘ ਦੀ ਮੌਤ 'ਤੇ ਨਿਹਾਲ ਸਿੰਘ ਰਾਜਾ ਬਣਿਆ। 1920 ਸਿੱਖ ਲੀਗ ਦਾ ਦੂਜਾ ਇਜਲਾਸ ਲਾਹੌਰ 'ਚ ਹੋਇਆ। ਸਿੱਖ ਲੀਗ ਦਾ ਪਹਿਲਾ ਇਜਲਾਸ 27 ਦਸੰਬਰ 1919 ਦੇ ਦਿਨ ਅੰਮ੍ਰਿਤਸਰ ਵਿੱਚ ਹੋਇਆ ਸੀ, ਜਿਸ ਵਿੱਚ ਤਕਰੀਬਨ 1200 ਸਿੱਖ ਸ਼ਾਮਲ ਹੋਏ ਸਨ। ਸਿੱਖ ਲੀਗ ਦਾ ਦੂਜਾ ਸੈਸ਼ਨ 21 ਅਕਤੂਬਰ 1920 ਨੂੰ ਲਾਹੌਰ ਦੇ ਬਰੋਡਲਾ ਹਾਲ ਵਿੱਚ ਹੋਣਾ ਸੀ। ਇੱਕ ਹਫ਼ਤਾ ਪਹਿਲਾਂ ਇਸ ਦੀ ਪ੍ਰਧਾਨਗੀ ਖੜਕ ਸਿੰਘ ਸਿਆਲਕੋਟ ਨੇ ਕਬੂਲ ਕਰ ਲਈ। ਸੁੰਦਰ ਸਿੰਘ ਚਾਵਲਾ ਸਵਾਗਤੀ ਕਮੇਟੀ ਦੇ ਪ੍ਰਧਾਨ ਸਨ ਅਤੇ ਹਾਲ ਦੀ ਮੁੱਖ ਰੌਣਕ ਸਨ। ਬੀਬੀ ਕਰਤਾਰ ਕੌਰ, ਸਿੰਘਣੀ, ਗਦਰੀ ਆਗੂ ਭਾਈ ਰਣਧੀਰ ਸਿੰਘ, ਇਸ ਤੋਂ ਇਲਾਵਾ ਕਾਮਾਗਾਟਾ ਮਾਰੂ ਅਤੇ ਗਦਰੀ ਪਾਰਟੀ ਦੇ 50 ਆਗੂ ਸਟੇਜ 'ਤੇ ਸੱਜੇ ਪਾਸੇ ਬੈਠੇ ਹੋਏ ਸਨ। ਦੀਵਾਨ ਵਿੱਚ 7 ਕੁਰਸੀਆਂ ਜੇਲ੍ਹਾਂ ਵਿੱਚ ਬੈਠੇ ਗਦਰੀ ਆਗੂਆਂ ਵਾਸਤੇ ਖਾਲੀ ਰੱਖੀਆਂ ਹੋਈਆਂ ਸਨ। 20 ਅਕਤੂਬਰ 1920 ਦੇ ਸਮਾਗਮ ਵਿੱਚ ਦੁਪਹਿਰ 12 ਵਜੇ ਦੇ ਕਰੀਬ ਡਾਕਟਰ ਸੈਫੁਦੀਨ ਕਿਚਲੂ, ਮੁਹੰਮਦ ਅਲੀ, ਸ਼ੌਕਤ ਅਲੀ, ਮੌਲਾਨਾ ਅਬੂ ਗੁਲਾਮ ਆਜ਼ਾਦ ਪੁੱਜੇ। ਇਸ ਦੇ 15 ਮਿੰਟ ਪਿੱਛੋਂ ਖੜਕ ਸਿੰਘ ਅਤੇ ਪ੍ਰਿੰਸੀਪਲ ਤੇਜਾ ਸਿੰਘ ਮਸਤੂਆਣਾ ਆਏ। ਉਹਨਾਂ ਮਗਰੋਂ ਮੋਹਨਦਾਸ ਕਰਮਚੰਦ ਗਾਂਧੀ, ਉਹਨਾਂ ਦੀ ਪਤਨੀ ਚੌਧਰੀ ਰਾਮ ਭਾਜ ਦੱਤ ਅਤੇ ਚੌਧਰੀ ਸਰਲਾ ਦੇਵੀ ਵੀ ਆ ਗਏ। ਫਿਰ ਦੁਨੀ ਚੰਦ, ਆਗਾ ਸਫਦਰ, ਲਾਲਾ ਗਵਰਧਨ ਦਾਸ, ਭਾਈ ਪਰਮਾਨੰਦ ਅਤੇ ਹੋਰ ਵੀ ਪਹੁੰਚ ਗਏ। ਪ੍ਰਿੰਸੀਪਲ ਤੇਜਾ ਸਿੰਘ ਵੱਲੋਂ ਅਰਦਾਸ ਕਰਨ ਮਗਰੋਂ ਇੱਕ ਸ਼ਬਦ ਪੜਿਆ ਗਿਆ। ਜਦੋਂ ਗਿਆਨੀ ਗੁਰਬਖਸ਼ ਸਿੰਘ ਸਟੇਜ 'ਤੇ ਪੁੱਜੇ ਤਾਂ ਆਵਾਜ਼ਾਂ ਆਈਆਂ ਕਿ ਇਹ ਤਨਖਾਹੀ ਹੈ, ਇਸ ਨੂੰ ਬੋਲਣ ਨਾ ਦਿੱਤਾ ਜਾਵੇ। ਸੁੰਦਰ ਸਿੰਘ ਚਾਵਲਾ ਦੇ ਪ੍ਰਧਾਨਗੀ ਭਾਸ਼ਣ ਮਗਰੋਂ ਅਮਰ ਸਿੰਘ ਲਾਇਲ ਗਜਟ ਮਗਰੋਂ ਸ਼ੇਰੇ ਪੰਜਾਬ ਨੇ ਖੜਕ ਸਿੰਘ ਦਾ ਨਾਂ ਰਸਮੀ ਤੌਰ 'ਤੇ ਪ੍ਰਧਾਨਗੀ ਵਾਸਤੇ ਪੇਸ਼ ਕੀਤਾ। ਇਸ ਦੀ ਤਾਈਦ ਸਰਦੂਲ ਸਿੰਘ ਕਵੀਸ਼ਰ, ਮਾਸਟਰ ਮੋਤਾ ਸਿੰਘ, ਅਮਰ ਸਿੰਘ ਝਬਾਲ, ਹਰਚੰਦ ਸਿੰਘ ਲਾਇਲਪੁਰੀ ਅਤੇ ਗਿਆਨੀ ਗੁਰਬਖਸ਼ ਸਿੰਘ ਵਕੀਲ ਨੇ ਕੀਤੀ। ਇਸ ਮਗਰੋਂ ਹਰਚੰਦ ਸਿੰਘ ਲਾਇਲਪੁਰੀ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਅਤੇ ਗਦਰ ਪਾਰਟੀ ਦੇ ਕੁਝ ਸਿੱਖਾਂ ਨੂੰ ਸਟੇਜ 'ਤੇ ਬੁਲਾ ਕੇ ਉਹਨਾਂ ਦੀ ਪਛਾਣ ਕਰਵਾਈ ਅਤੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਪੁਜਾਰੀਆਂ ਵੱਲੋਂ ਉਹਨਾਂ ਨੂੰ ਇਹ ਸਿੱਖ ਨਹੀਂ ਹਨ ਕਹਿਣ ਦੀ ਨਿੰਦਾ ਕੀਤੀ। ਇਸ ਵੇਲੇ ਡਾਇਰ ਨੂੰ ਸਨਮਾਨ ਦੇਣ ਵਾਲੀ ਕਮੇਟੀ ਦਾ ਇੱਕ ਮੈਂਬਰ ਗਿਆਨੀ ਗੁਰਬਖਸ਼ ਸਿੰਘ ਵੀ ਹਾਜ਼ਰ ਸੀ ਅਤੇ ਉਸਦੀ ਤਰਸਯੋਗ ਹਾਲਤ ਵੇਖਣ ਵਾਲੀ ਸੀ। 1983 ਗੋਬਿੰਦਗੜ੍ਹ ਕੋਲ ਸਿਆਲਦਾ ਗੱਡੀ ਉਲਟਾਈ, 17 ਮੌਤਾਂ, 155 ਜ਼ਖਮੀ। ਪੰਜਾਬ 'ਚ ਖਾੜਕੂਲਹਿਰ ਦੌਰਾਨ ਹੋਈ ਗੜਬੜ ਦੌਰਾਨ 20 ਅਕਤੂਬਰ 1983 ਦੇ ਦਿਨ ਲੁਧਿਆਣਾ ਅਤੇ ਅੰਬਾਲਾ ਦੇ ਵਿਚਕਾਰ ਗੋਬਿੰਦਗੜ੍ਹ ਮੰਡੀ ਨੇੜੇ ਸਿਆਲਦਾ ਗੱਡੀ ਉਲਟਾ ਦਿੱਤੀ ਗਈ, ਜਿਸ ਨਾਲ 17 ਬੰਦਿਆਂ ਦੀ ਮੌਤ ਹੋ ਗਈ ਅਤੇ 155 ਜ਼ਖਮੀ ਹੋਏ। 1999 ਜਿੰਦਾ ਅਤੇ ਸੁੱਖਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।
जून 1984 च दरबार साहब उत्ते हमला करने वाली भारतीय फौज के मुखी जनरल वैद्या नूं कतल करने के दोष विच पूना की अदालत ने हरजिंदर सिंह जिंदा ते सुखदेव सिंह सुखा नूं 20 अक्तूबर 1999 दे दिन फांसी की सज़ा सुनाई। मगरों 9 अक्तूबर 1992 दे दिन उन्हां नूं फांसी ते चढ़ाया गया। ए सी सिख इतिहास दीआं घटनावां च 20 अक्तूबर का दिन सुनदे रहो पंजाबी रेडियो USA।